ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਯੂਟਿਊਬ ਚੈਨਲ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੱਝ ਦਿਖਾ ਰਿਹਾ, ਜਿਹੜੀ ਸਕਰੀਨ 'ਤੇ ਤੁਸੀਂ ਸਾਹਮਣੇ ਦੇਖ ਰਹੇ ਹਾਂ। ਇਹ ਬਾਈ ਜੀ ਹੋਰਾਂ ਨੇ ਵੇਚਣੀ ਹੈ, 99 ਸੂਏ ਨੇ ਸੂਣਾ, ਕੀ ਇਹਦਾ ਦੁੱਧ ਦਾ ਰਿਕਾਰਡ ਆ, ਸਾਰੀਆਂ ਗੱਲਾਂ ਆਪਾਂ ਬਾਈ ਜੀ ਹੋਰਾਂ ਨਾਲ ਕਰਾਂਗੇ। ਰੇਟ ਵੀ ਇਹਦਾ ਪੁੱਛਾਂਗੇ, ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ, ਸਾਰੀ ਗੱਲਬਾਤ ਆਪਾਂ ਬਾਈ ਜੀ ਹੋਰਾਂ ਨਾਲ ਕਰਦੇ ਹਾਂ। ਤੁਸੀਂ ਮੱਝ ਨੂੰ ਦੇਖ ਸਕਦੇ ਹਾਂ, ਜੇ ਕੋਈ ਕਿਸਾਨ ਵੀਰ ਲੈਣੀ ਚਾਹੁੰਦਾ ਉਹ ਇਹਨਾਂ ਨਾਲ ਸੰਪਰਕ ਕਰ ਸਕਦਾ। ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਹੈ ਬਾਈ ਜੀ ਆਪਣਾ? ਬਾਈ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਪਿੰਡ ਕਿਹੜਾ ਵੀਰ ਜੀ? ਭੁੱਟੀ ਵਾਲਾ ਤੋਂ ਬਿਲੋਂਗ ਕਰਦਾ ਜੀ, ਸ਼੍ਰੀ ਮੁਕਤਸਰ ਸਾਹਿਬ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ, ਤਹਿਸੀਲ ਗਿੱਦੜਵਾ ਜੀ। ਤਹਿਸੀਲ ਗਿੱਦੜਵਾ, ਕੋਟਕਪੂਰਾ ਤੋਂ ਸਰਾਇਨਾਗਾ ਤੋਂ ਪਿੰਡ ਵਿਚਾਲੇ ਸਥਿਤ ਹੈ ਜੀ। ਠੀਕ ਹੈ, ਜਿਹੜਾ ਕੋਟਕਪੂਰੇ ਤੋਂ ਮੁਕਤਸਰ ਰੋਡ ਆ ਉੱਥੇ ਸਰਾਇਨਾਗਾ ਤੋਂ ਜਿਹੜਾ ਇਹਦੇ ਨੇੜੇ ਰਹਿ ਜਾਂਦਾ ਜੀ। 7 ਕਿਲੋਮੀਟਰ ਹੈ। 7 ਕਿਲੋਮੀਟਰ, ਠੀਕ ਹੈ ਬਾਈ ਜੀ। ਤੇ ਬਾਈ ਜੀ, ਆ ਮੱਝ ਬਾਰੇ ਦੱਸੋ, ਜਿਹਨੇ 99 ਸੂਏ ਸੁਣਾ ਹੈ, ਕਿ ਤੀਜਾ ਸੂਏ ਸੁਣਾਈ ਬਾਈ? ਤੀਜੇ ਸੂਏ ਸੁਣਾ, ਤੇ ਪਿਛਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ? 16 ਲੀਟਰ ਦੁੱਧ ਸੀ ਪਿਛਲੇ ਸੂਏ ਦੇ। ਠੀਕ ਹੈ, ਦੂਜੇ ਸੂਏ ਨੇ 16 ਕਿਲੋ ਦੁੱਧ ਦਿੱਤਾ। ਹਾਂਜੀ ਹਾਂਜੀ, ਠੀਕ ਹੈ। ਇਹ ਘਰ ਦੀ ਮੱਝ ਜੀ ਆਪਣੇ ਕੋਲ? ਹਾਂਜੀ ਜੀ, ਘਰ ਦੀ ਮੱਝ ਜੀ। ਠੀਕ ਹੈ, ਤੇ ਇਹ ਵੀਰ ਜੀ ਆਪਾਂ ਮਤਲਬ ਹੁਣ ਵਿਕਾਊ ਕਰਨੀ, ਆਪਾਂ ਸੇਲ ਪਰਚੇਜ ਦਾ ਕੰਮ ਕਰਦੇ ਹਾਂ, ਘਰੇ ਪਸ਼ੂ ਰੱਖੇ? ਨਹੀਂ ਬਾਈ ਜੀ, ਘਰੇ ਪਸ਼ੂ ਰੱਖੇ ਆ, ਇਹਦੀ ਝੋਟੀ ਸੀ ਇੱਕ, ਉਹ ਸਾਡੇ ਕੋਲ ਸੂਪੀ ਆ। ਠੀਕ ਹੈ, ਹੁਣ ਅਸੀਂ ਆਖਿਆ ਵੀ ਚਲੋ ਰਵਾ ਕੱਢ ਦਈਏ, ਤੇ ਪਿੱਛੇ ਝੋਟੀ ਸਾਡੇ ਕੋਲ ਤਿਆਰ ਹੋਣੇ, ਝੋਟੀ ਨੇ ਵੀ ਗਾਂ ਕੱਟੀ ਦਿੱਤੀ ਜੀ। ਠੀਕ ਹੈ, ਜਾਨੀ ਆਪਣੇ ਕੋਲ ਪਹਿਲਾਂ ਝੋਟੀ ਇਹਦੀ ਸੂਪੀ ਹੈ। ਹਾਂਜੀ, ਤੇ ਉਹਨੇ ਕਿੰਨਾ ਦੁੱਧ ਦੇ ਰਹੀ ਹੈ ਪਹਿਲਾਂ ਝੋਟੀ ਇਹਦੀ? 12 ਲੀਟਰ ਦੇ ਰਹੀ ਹੈ ਜੀ। 12 ਲੀਟਰ ਦੁੱਧ ਪਹਿਲਾਂ ਸੂਈ ਹੈ? ਹਾਂ, ਪਹਿਲਾਂ ਸੂਈ ਹੈ। ਠੀਕ ਹੈ, ਕਿਸਾਨ ਵੀਰੋ, ਬਾਈ ਜੀ ਹੋਰਾਂ ਕੋਲ ਇਹਨਾਂ ਦਾ, ਵੈਸੇ ਤੁਹਾਨੂੰ ਦੱਸ ਦਿੰਦਾ ਕਿ ਬਾਈ ਜੀ ਹੋਰਾਂ ਦੇ ਫਾਦਰ ਸਾਹਿਬ ਪੰਜਾਬ ਪੁਲਿਸ 'ਚ ਜੌਬ ਕਰਦੇ ਆ, ਤੇ ਪਸ਼ੂ ਉਹ ਥੋੜੇ ਰੱਖਦੇ ਆ, ਸ਼ੌਂਕ ਨਾਲ ਰੱਖਦੇ ਆ, ਤੇ ਇਸ ਮੱਝ ਦੀ ਜਿਹੜੀ ਝੋਟੀ ਇਹਨਾਂ ਕੋਲ ਸੂਪੀ ਆ ਪਹਿਲੇ ਸੂਏ, ਤਾਂ ਹੁਣ ਇਹ ਸੋਚਦੇ ਆ ਵੀ ਚਲੋ ਇਹ ਮੱਝ ਨੂੰ ਆਪਾਂ ਹੁਣ ਵੇਚ ਦਿੰਦੇ ਹਾਂ। ਮੱਝ ਤੁਸੀਂ ਦੇਖ ਸਕਦੇ ਆ, ਕਾਫੀ ਹਾਈਟ ਲੈਂਥ ਹੈ ਇਹਦੀ, ਭਾਰੀ ਮੱਝ ਆ ਇਹ। ਪੂਛ ਦੇ ਵਿੱਚ ਥੋੜੇ ਬਹੁਤੇ ਵਾਲ ਹੋ ਸਕਦਾ ਵਾਈਟ ਹੋਣ, ਬਾਕੀ ਸਾਰੀ ਇਹ ਜੈੱਡ ਬਲੈਕ ਹੀ ਆ, 2-4 ਵਾਲ ਹੋ ਸਕਦਾ। ਸਿੰਗ ਥੋੜਾ ਜਿਹਾ ਖੁੱਲਾ ਪਰ ਬਹੁਤ ਸੋਹਣਾ ਸਿੰਗ ਹੈ, ਜੱਚਦਾ ਭਾਰੀ ਮੱਝ ਦੇ ਹਿਸਾਬ ਨਾਲ। ਆਪਾਂ ਤੋਰ ਕੇ ਵੀ ਤੁਹਾਨੂੰ ਦਿਖਾਉਂਦੇ ਆ, ਥੱਲੇ ਵਾ ਤੁਸੀਂ ਇੱਥੋਂ ਦੀ ਗੈਸ ਕਰ ਸਕਦੇ ਆ, ਕਾਫੀ ਸੋਹਣਾ ਆਰਡਰ ਹੈ। ਨਾੜਾਂ ਉੱਤੇ ਤੁਸੀਂ ਦੇਖ ਸਕਦੇ ਆ, ਆਰਡਰ ਦੇ ਉੱਤੇ ਕਾਫੀ ਉੱਭਰੀਆਂ ਹੋਈਆਂ। ਬਾਕੀ ਇਹ ਤੋਰ ਕੇ ਦਿਖਾਉਣੇ ਤੁਹਾਨੂੰ, ਬਾਈ ਜੀ ਤੋਰਿਓ ਮੱਝ ਨੂੰ। ਦੇਖ ਸਕਦੇ ਆ ਤੁਸੀਂ ਕਿਸਾਨ ਵੀਰੋ, ਕਾਫੀ ਵੱਡਾ ਇਹਦਾ ਆਰਡਰ ਹੈ, ਐਕਸਟਰਾ ਆਰਡਨਰੀ ਥਾਣ ਹੈ, ਕਾਫੀ ਮੋਟੇ ਦੁੱਧ ਵਾਲੇ ਥਾਣ ਦਿਸਦੇ ਆ। ਪਿੱਠ ਪੁੜਾ ਬਹੁਤ ਸੋਹਣਾ, ਉੱਚੀ ਲੰਬੀ ਮੱਝ ਹੈ, ਘੁਮਾ ਲਓ ਵੀਰ ਜੀ ਇਹਨੂੰ। ਥਾਣ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਏ ਆ, ਬਹੁਤ ਸੋਹਣੇ ਥਾਣ, ਚੰਗਾ ਕਰਦਾ, ਜਦੋਂ ਤੁਸੀਂ ਆ ਕੇ ਦੇਖੋਗੇ ਉਦੋਂ ਤੁਹਾਨੂੰ ਮਹਿਸੂਸ ਹੋਊਗਾ। ਦੇਖ ਸਕਦੇ ਹੋ ਤੁਸੀਂ ਦੂਜੀ ਸਾਈਡ ਤੋਂ ਵੀ ਆਰਡਰ ਦੀ ਬਣਤਰੇ ਦੀ, ਥਣ ਜਿਹੜੇ ਆ ਬਹੁਤ ਸੋਹਣੇ ਥਣ ਹੈ, ਵਾਕਈ ਮੱਝ ਥਣਾਂ ਤੋਂ ਲੱਗਦਾ ਵੀ ਪੂਰੇ ਦੁੱਧ ਵਾਲੀ ਮੱਝ ਆ ਇਹ। ਬਾਕੀ ਤੁਰਦੀ ਤੋਂ ਤੁਸੀਂ ਇਹਦੇ ਆਰਡਰ ਦੀ ਤਸੱਲੀ ਕਰ ਲਈ ਹੈ, ਵੇਖ ਲਿਆ ਆਰਡਰ, ਕਾਫੀ ਲੰਬਾ ਉੱਚਾ ਲੰਬਾ ਚੌੜਾ ਆਰਡਰ ਹੈ ਇਹਦਾ। ਇਹਦੇ ਕਿੰਨੇ ਦਿਨ ਰਹਿ ਗਏ ਬਾਈ ਜੀ ਸੂਣ ਦੇ ਵਿੱਚ? ਬਾਈ ਜੀ 2 ਦਿਨ ਰਹਿ ਗਏ, ਦੋ ਦਿਨ ਰਹਿ ਗਏ, ਦਿਨ ਪੂਰੇ ਹੋਣ 'ਚ, ਅਤੇ ਉੱਤੇ ਕਿੰਨੇ ਕੁ ਲਿਜਾ ਸਕਦੀ ਹੈ ਇਹ? ਦੋ ਕੁ ਦਿਨ ਉੱਤੇ ਲਿਆ ਜਾਂਦੀ, ਪਿਛਲੇ ਤੱਕ 2 ਦਿਨ ਉੱਤੇ ਲੈ ਗਈ। ਠੀਕ ਹੈ, ਜਾਣੀ 4-5 ਦਿਨ ਇਹ ਲੈ ਸਕਦੀ ਹੈ ਸੂਣ ਦੇ ਵਿੱਚ, ਹੈ ਨਾ? ਹਾਂਜੀ ਹਾਂਜੀ। ਠੀਕ ਹੈ, ਅਤੇ ਆਰਡਰ ਫਿਰ ਇਹ ਹੋਰ ਖੋਲੂਗੀ ਹਜੇ ਫਿਰ? ਹਾਂਜੀ ਹਾਂਜੀ, ਬਹੁਤ ਹੈ ਜੀ। ਠੀਕ ਹੈ, ਹਾਂ, ਆਮ ਤੌਰ 'ਤੇ ਪਸ਼ੂ ਜਿਹੜਾ ਜਦੋਂ ਸੂਣ ਦੇ ਮੌਕੇ, ਆਪਾਂ ਪੰਜਾਬੀ 'ਚ ਵੱਟ ਕਰਨਾ ਕਹਿ ਦਿੰਦੇ, ਜਦੋਂ ਉੱਠਣ ਬੈਠਣ ਲੱਗੂਗਾ ਉਦੋਂ ਪੂਰਾ ਆਰਡਰ ਭਰਨਾ ਸ਼ੁਰੂ ਕਰਦਾ, ਹੈ ਨਾ? ਪੂਰਾ, ਬਾਕੀ ਉਹ ਤਾਂ ਬੈਠਾ ਨਹੀਂ ਜਾਣਾ ਜੀ ਇਹ ਤੋਂ। ਅੱਛਾ, ਕਾਫੀ ਵੱਡਾ ਆਰਡਰ ਬਣਾਉਂਦੀ। ਠੀਕ ਹੈ, ਤੇ ਥਣਾਂ ਦੀ ਚਵਾਈ ਚੁਈ ਦੀ ਬਈ ਪੂਰੀ ਵਧੀਆ ਹੈ? ਪੂਰੀ ਗਰੰਟੀ, ਆਪ ਹੀ ਚੁਣੇ ਅਸੀਂ ਕੰਮ। ਠੀਕ ਹੈ, ਪਹਿਲੇ ਦਿਨ ਤੋਂ ਹੀ ਸ਼ੌਂਕ ਸਾਡਾ। ਠੀਕ ਹੈ, ਤੇ ਵੀਰ ਜੀ ਇਹਦਾ ਕੀ ਰੇਟ ਕਰਦੇ ਆਪਾਂ? ਅਸੀਂ 1 ਲੱਖ ਰੁਪਇਆ ਰੇਟ ਕਰਦੇ ਹਾਂ ਜੀ। 1 ਲੱਖ ਰੁਪਇਆ ਡਿਮਾਂਡ ਹੈ, ਤੇ ਇਹ ਫਿਕਸ ਰੇਟ ਤਾਂ ਨਹੀਂ, ਇਹ ਚੋਂ ਮਾਨ ਤਾਂ ਹੋਊਗਾ? ਮਾਨ ਤਾਂ ਕਰ ਦਾਂਗੇ ਬਾਈ ਜੀ। ਠੀਕ ਹੈ ਬਾਈ ਜੀ, ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲਿਓ। 8968444739। ਦੁਬਾਰਾ ਫਿਰ ਬੋਲ ਦਿਓ ਜੀ, 8968444739। ਠੀਕ ਹੈ ਵੀਰ ਜੀ, ਕਿਸਾਨ ਵੀਰੋ ਦੇਖ ਸਕਦੇ ਹੋ ਤੁਸੀਂ, ਨੰਬਰ ਬਾਈ ਜੀ ਹੋਰਾਂ ਤੋਂ ਲੈ ਲਿਆ ਆਪਾਂ, ਰੇਟ ਜਿਹੜਾ ਉਹ 1 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ, ਤੇ ਬਾਕੀ ਜਿਹੜੇ ਵੀਰ ਨੇ ਲੈਣੀ ਆ ਉਹ ਆ ਕੇ ਜ਼ਰੂਰ ਦੇਖੋ, ਤੁਹਾਡੇ ਪਸੰਦ ਆਊਗੀ। ਪਸ਼ੂ ਆ ਕਈ ਵਾਰ ਵੀਡੀਓ 'ਚ ਉਹਨਾਂ ਦੱਖ ਨਹੀਂ ਦਿੰਦਾ, ਪਰ ਜਿਹੜਾ ਮੈਂ ਲਾਈਵ ਦੇਖ ਰਿਹਾ ਉਹਦੇ ਹਿਸਾਬ 'ਤੇ ਬਹੁਤ ਉੱਚੀ ਲੰਬੀ ਅਤੇ ਭਾਰੀ ਮੱਝ ਹੈ ਇਹ, ਅਤੇ ਆਰਡਰ ਵੀ ਇਹਦਾ ਜਿਹੜਾ ਹੈਗਾ ਉਹ ਜਿਵੇਂ ਆਪਾਂ ਆਮ ਤੌਰ 'ਤੇ ਜਿਹੜੀਆਂ ਮਿਲਕਿੰਗ ਕਰਾਉਣ ਵਾਲੀਆਂ ਮੱਝਾਂ ਦਾ ਆਰਡਰ ਦੇਖਦੇ ਹਾਂ, ਉਸੇ ਤਰ੍ਹਾਂ ਦਾ ਆਰਡਰ ਹੈ। ਅਤੇ ਬਾਕੀ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਬਾਈ ਜੀ ਹੋਰੀ ਸ਼ੌਂਕ ਵਜੋਂ ਪਸ਼ੂ ਸਾਂਭ ਰਹੇ ਆ, ਆਰਡਰ ਦੀ ਕੁਆਲਿਟੀ ਐਕਸਟਰਾ ਆਰਡਨਰੀ, ਪਿੱਛੇ ਨੂੰ ਵੀ ਉਨਾ, ਅੱਗੇ ਨੂੰ ਵੀ ਆਰਡਰ ਜਿਹੜਾ ਹੈਗਾ ਬਹੁਤ ਸੋਹਣਾ ਬਣਿਆ ਹੋਇਆ। ਇਹਦੀ ਝੋਟੀ ਜਿਹੜੀ ਪਹਿਲੇ ਸੂਏ ਸੂਈ ਆ ਉਹ ਵੀ ਵੀਡੀਓ 'ਚ ਤੁਹਾਨੂੰ ਦਿਖਾ ਦਿੰਦੇ ਹਾਂ, ਤੁਸੀਂ ਉਹ ਵੀ ਦੇਖ ਸਕਦੇ ਹਾਂ, ਪਰ ਉਹ ਵਿਕਾਊ ਨਹੀਂ, ਮੱਝ ਸਿਰਫ ਇਹੀ ਸੇਲ ਕਰਨੀ ਹੈ ਬਾਈ ਜੀ ਹੋਰਾਂ ਨੇ। ਕਿਸਾਨ ਵੀਰੋ, ਸਕਰੀਨ ਦੇ ਉੱਤੇ ਤੁਸੀਂ ਇਸੇ ਮੱਝ ਦੀ ਜਿਹੜੀ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਉਹਦੀ ਝੋਟੀ ਦੇਖ ਰਹੇ ਹਾਂ। ਪਹਿਲੇ ਸੂਏ ਸੂਈ ਹੈ, ਹਜੇ ਟਾਈਮ ਜਿਹੜਾ ਉਹ 12-1 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ, ਆਰਡਰ ਸ਼ਾਮ ਤੱਕ ਬਣਾਊਗੀ ਇਹ। 12-13 ਕਿਲੋ ਦੁੱਧ, 12 ਕਿਲੋ ਬਾਈ ਜੀ ਹੋਰੀ ਦੱਸਦੇ ਆ ਵੀ ਤਿਆਰ ਹੈ।
ਤੇ ਇਸ ਨੇ ਵੀ ਅੱਗੇ ਕੱਟੀ ਦਿੱਤੀ ਹੈ। ਇਹਦੀ ਵੀ ਪੂਛ ਚ ਵਾਲ ਤੁਸੀਂ ਮੱਝ ਜਿੰਨੇ ਦੇਖੋਗੇ ਬਸ ਦੋ ਚਾਰ ਵਾਲ ਵਾਈਟ ਆ, ਬਾਕੀ ਜੈੱਡ ਬਲੈਕ ਹੀ ਹੈ। ਤੇ ਇਹਨੇ ਆਹ ਕੱਟੀ ਦਿੱਤੀ ਹੈ, ਇਸ ਵਾਰ ਬਹੁਤ ਸੋਹਣੀ ਕੱਟੀ ਇਸ ਝੋਟੀ ਦੀ। ਇਹ ਵੀ ਸਾਰੀ ਜੈੱਡ ਬਲੈਕ ਹੈ, ਇਹਦੇ ਵਾਲ ਦੋ ਵੀ ਨਹੀਂ ਪੂਛ ਦੇ ਵਿੱਚ ਆਏ। ਵੀਰ ਜੀ ਇਹ ਮੱਝ ਦੇ ਆਪਾਂ ਟੀਕਾ ਕਿਹੜਾ ਭਰਾਇਆ ਪਤਾ ਕੁਛ? ਵੀਰ ਜੀ ਆਪਾਂ ਇਹਨਾਂ ਸਾਰੇ ਪਸ਼ੂਆਂ ਦੇ ਸਾਡੇ ਅਸੀਂ ਸਰਕਾਰੀ ਡਾਕਟਰ ਤੋਂ ਹੀ ਟੀਕਾ ਭਰਵਾਉਣੇ ਆ ਇਹਨਾਂ ਤੋਂ। ਠੀਕ ਹੈ, ਸਾਰੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਏ ਪਹਿਲਾਂ ਜਿੰਨੇ ਵੀ ਬੱਚੇ ਸਾਡੇ ਹੈਗੇ ਆ ਜੈੱਟ ਬਲੈਕ ਹੀ ਆ, ਤੇ ਅਸੀਂ ਨਸਲ ਚੰਗੀ ਮੋਹਰਾਂ ਨਸਲ ਦਾ ਕਰਕੇ ਟੀਕਾ। ਹਾਂ ਉਹ ਤਾਂ ਜਿਹੜੀ ਆਪਾਂ ਕੱਟੀ ਆ ਉਹ ਵੀ ਦੇਖੀ ਆ ਵੀ ਚੰਗੀ ਨਸਲ ਦੇ ਸਾਂਹ ਦੀ ਬੱਚੀ ਲੱਗਦੀ ਆ। ਚਲੋ ਕਿਸਾਨ ਵੀਰੋ ਤੁਸੀਂ ਬਾਈ ਜੋਰਾਂ ਨੇ ਸਿੱਧੀ ਜੀ ਗੱਲ ਦੱਸੀ ਆ ਵੀ ਟੀਕਾ ਅਸੀਂ ਭਰਾਉਣੇ ਸਰਕਾਰੀ ਹੈ, ਪਰ ਉਹਦਾ ਰਿਕਾਰਡ ਕੋਈ ਨਹੀਂ ਹੈਗਾ ਵੀ ਕਿਹੜੇ ਸਾਂਹ ਦਾ ਹੈ, ਇਹ ਗੱਲ ਕਲੀਅਰ ਵੀ ਸਰਕਾਰੀ ਹੈ। ਹਾਂਜੀ ਹੁਣ ਤੱਕ ਜਿੰਨਾ ਵੀ ਸਾਨੂੰ ਰਿਕਾਰਡ ਮਿਲਿਆ ਸਾਨੂੰ ਦੁੱਧ ਚੰਗੇ ਦਾ ਮਿਲੀ ਜਾਂਦਾ ਜੀ। ਹੁਣ ਕਾਫੀ ਚੰਗਾ ਦੁੱਧ ਆ ਵੀਰ ਜੀ ਉਸ ਹਿਸਾਬ ਦੇ ਉੱਤੇ ਦੇਖ ਸਕਦੇ ਆ ਕਿਸਾਨ ਵੀਰੋ। ਮੱਝ ਤੁਸੀਂ ਤੁਰਦੀ ਵੀ ਵੇਖ ਲਈ ਹੈ, ਬਾਕੀ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਤਾਂ ਇਹਨਾਂ ਨਾਲ ਕੰਟੈਕਟ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਆ। ਕਾਫੀ ਭਾਰੀ ਇਹਦਾ ਆਰਡਰ ਹੈ। ਧੰਨਵਾਦ ਕਿਸਾਨ ਵੀਰੋ ਵੀਡੀਓ ਦੇਖਣ ਵਾਸਤੇ। ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ।